ਪੈਰਿਸ ਓਲੰਪਿਕਸ ਦਾ ਸਭ ਤੋਂ ਅਜੀਬ ਮਾਮਲਾ। ਹੱਦੋਂ ਵੱਧ ਖੂਬਸੂਰਤੀ ਕਾਰਨ ਬਾਹਰ ਕੱਢੀ ਮਹਿਲਾ ਸਵਿਮਰ। ਖਿਡਾਰਨ ਤੇ ਖਿਡਾਰੀਆਂ ਦਾ ਧਿਆਨ ਭਟਕਾਉਣ ਦੇ ਇਲਜ਼ਾਮ। ਸੁਣਨ ਚ ਅਜੀਬ ਲੱਗ ਰਿਹਾ ਹੋਵੇਗਾ, ਪਰ ਇਹ ਸੱਚ ਹੈ ਕਿ ਪੈਰਿਸ ਓਲੰਪਿਕ ਚੋਂ ਇੱਕ ਮਹਿਲਾ ਸਵਿਮਰ ਨੂੰ ਇਸ ਲਈ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਹ ਹੱਦੋਂ ਵੱਧ ਖੂਬਸੂਰਤ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ। ਤਸਵੀਰਾਂ ਲੁਆਨਾ ਅਲੋਨਸੋ ਦੀਆਂ ਨੇ, ਜੋ ਕਿ ਇੱਕ ਮਹਿਲਾ ਸਵਿਮਰ ਹੈ ਜਿਸ ਨੂੰ ਓਲੰਪਿਕ ਚੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਦੇ ਆਪਣੇ ਹੀ ਸਾਥੀ ਖਿਡਾਰੀਆਂ ਨੇ ਇਲਜ਼ਾਮ ਲਗਾਏ ਨੇ ਕਿ ਲੁਆਨਾ ਦੇ ਛੋਟੇ ਤੇ ਟਾਈਟ ਕੱਪੜੇ ਪਹਿਨਣਾ ਮਾਹੌਲ ਨੂੰ ਖਰਾਬ ਕਰ ਰਿਹਾ ਹੈ ਤੇ ਨਾਲ ਹੀ ਲੁਆਨਾ ਬਾਕੀ ਖਿਡਾਰੀਆਂ ਦਾ ਧਿਆਨ ਵੀ ਭਟਕਾ ਰਹੀ ਹੈ। ਇਸੇ ਲਈ ਉਸਨੂੰ ਹੁਣ ਪੈਰਿਸ ਓਲੰਪਿਕ ਚੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਉਸਦੇ ਦੇਸ਼ ਪੈਰਾਗੁਏਨ ਵਾਪਸ ਭੇਜ ਦਿੱਤਾ ਗਿਆ ਹੈ। ਇਹ ਗੱਲ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਫੈਲ ਰਹੀ ਹੈ ਤੇ ਲੋਕ ਸੁਣ ਕੇ ਹੈਰਾਨ ਵੀ ਹੋ ਰਹੇ ਨੇ। 20 ਸਾਲਾਂ ਦੀ ਬੇਹੱਦ ਖੂਬਸੂਰਤ ਮਹਿਲਾ ਸਵਿਮਰ ਆਪਣੇ ਘਰ ਵਾਪਸ ਪਰਤ ਗਈ ਹੈ। ਲੁਆਨਾ ਲਈ ਗਏ ਫੈਸਲੇ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਚਰਚਾ ਚ ਆ ਗਈਆਂ ਨੇ। ਕਿਤੇ ਇਹ ਕਿਹਾ ਜਾ ਰਿਹਾ ਹੈ ਕਿ ਲੁਆਨਾ ਟੀਮ ਨੂੰ ਛੱਡ ਕੇ ਡਿਜ਼ਨੀਲੈਂਡ ਘੁੰਮਣ ਗਈ ਸੀ ਤੇ ਕਿਤੇ ਇਹ ਕਿਹਾ ਜਾ ਰਿਹਾ ਹੈ ਕਿ ਲੁਆਨਾ ਨੇ ਅਧਿਕਾਰਿਤ ਪੈਰਾਗੁਏਨ ਕਿੱਟ ਦੀ ਥਾਂ ਆਪਣੇ ਛੋਟੇ ਛੋਟੇ ਕੱਪੜੇ ਪਾਏ ਹੋਏ ਸਨ। ਜਦਕਿ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਲੁਆਨਾ ਖਿਡਾਰੀਆਂ ਨਾਲ ਬੇਬਾਕ ਹੋ ਕੇ ਖੁੱਲ ਰਹੀ ਸੀ ਤੇ ਉਹਨਾਂ ਦਾ ਧਿਆਨ ਭਟਕਾ ਰਹੀ ਸੀ। ਜਿਵੇਂ ਹੀ ਇਹਨਾਂ ਖ਼ਬਰਾਂ ਨੇ ਜ਼ੋਰ ਫੜਿਆ ਤਾਂ ਲੁਆਨਾ ਨੇ ਵੀ ਸੋਸ਼ਲ ਮੀਡੀਆ ਤੇ ਆਪਣੀ ਗੱਲ ਰੱਖੀ, ਜਿੱਥੇ ਉਸਨੇ ਸਪਸ਼ਟ ਕੀਤਾ ਹੈ ਕਿ ਉਸਨੂੰ ਬਾਹਰ ਨਹੀਂ ਕੱਢਿਆ ਗਿਆ ਬਲਕਿ ਉਸਨੇ ਖੁਦ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਉਸਨੇ ਕਿਹਾ ਹੈ ਕਿ ਮੇਰੇ ਖਿਲਾਫ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਤੇ ਮੈਂ ਉਹਨਾਂ ਦੀ ਨਿੰਦਾ ਕਰਦੀ ਆ। ਲੁਆਨਾ 27 ਜੁਲਾਈ ਨੂੰ 100 ਮੀਟਰ ਬਟਰਫਲਾਈ ਸੈਮੀ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਸਿਰਫ 0.24 ਸੈਕਿੰਡ ਦੂਰ ਸੀ, ਜਿਸ ਲਈ ਉਹ ਸੈਮੀ ਫਾਈਨਲ 'ਚ ਪਿੱਛੇ ਰਹਿ ਗਈ, ਜਿਸ ਤੋਂ ਤੁਰੰਤ ਬਾਅਦ ਹੀ ਲੁਆਨਾ ਨੇ ਸੋਸ਼ਲ ਮੀਡੀਆ ਤੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਸਨੇ ਕਿਹਾ ਕਿ 18 ਸਾਲਾਂ ਤੋਂ ਸਵਿਮਿੰਗ ਕਰ ਰਹੀ ਹੈ ਤੇ ਇਸ ਦੇ ਨਾਲ ਉਸਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਪਰ ਹੁਣ ਲੁਆਨਾ ਦੀ ਪੈਰਿਸ ਓਲੰਪਿਕ 'ਚੋਂ ਬਾਹਰ ਹੋਣ ਦੀ ਖ਼ਬਰ ਹਰ ਥਾਂ ਤੇ ਇੰਟਰਨੈਟ ਤੇ ਅੱਗ ਦੀ ਤਰ੍ਹਾਂ ਫੈਲ ਰਹੀ ਹੈ ਤੇ ਇਸ ਮਾਮਲੇ ਨੂੰ ਬੜੇ ਹੀ ਅਜੀਬ ਤਰੀਕੇ ਨਾਲ ਲਿਆ ਜਾ ਰਿਹਾ ਹੈ, ਕਿਉਂਕਿ ਕਿਸੇ ਨੂੰ ਓਲੰਪਿਕਸ ਦੇ ਵਿੱਚੋਂ ਇਸ ਲਈ ਬਾਹਰ ਕੱਢ ਦੇਣਾ ਕਿ ਉਹ ਹੱਦੋਂ ਵੱਧ ਖੂਬਸੂਰਤ ਹੈ, ਇਹ ਪਹਿਲਾਂ ਕਦੀ ਵੀ ਨਹੀਂ ਹੋਇਆ। ਇੱਥੇ ਇਹ ਵੀ ਦੱਸ ਦਈਏ ਕਿ ਲੁਆਨਾ ਨੇ ਇਸ ਤੋਂ ਪਹਿਲਾਂ 17 ਸਾਲ ਦੀ ਉਮਰ 'ਚ ਟੋਕੀਓ ਓਲੰਪਿਕ ਵਿੱਚ ਵੀ ਹਿੱਸਾ ਲਿਆ ਸੀ ਅਤੇ ਹੁਣ ਉਹ ਪੈਰਿਸ ਓਲੰਪਿਕਸ ਦੇ ਵਿੱਚ ਵੀ ਸਵਿਮਿੰਗ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਰਹੀ ਸੀ। ਸੈਮੀ ਫਾਈਨਲ ਦੇ ਵਿੱਚ ਕੁਆਲੀਫਾਈ ਨਾ ਕਰਨ ਤੋਂ ਬਾਅਦ ਉਸਨੇ ਤੁਰੰਤ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਪਰ ਹੁਣ ਨੈੱਟ ਤੇ ਸੋਸ਼ਲ ਮੀਡੀਆ ਤੇ ਇਹ ਖ਼ਬਰਾਂ ਤੂਲ ਫੜ ਰਹੀਆਂ ਨੇ ਕਿ ਪੈਰਿਸ ਓਲੰਪਿਕਸ ਦੇ ਵਿੱਚੋਂ ਲੁਆਨਾ ਨੂੰ ਇਸ ਲਈ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਉਸਦੀ ਖੂਬਸੂਰਤੀ ਬਾਕੀ ਖਿਡਾਰੀਆਂ ਲਈ ਧਿਆਨ ਭਟਕਾ ਰਹੀ ਸੀ। ਪੈਰਿਸ ਓਲੰਪਿਕਸ ਦਾ ਸਭ ਤੋਂ ਅਜੀਬ ਮਾਮਲਾ। ਹੱਦੋਂ ਵੱਧ ਖੂਬਸੂਰਤੀ ਕਾਰਨ ਬਾਹਰ ਕੱਢੀ ਮਹਿਲਾ ਸਵਿਮਰ। ਖਿਡਾਰਨ ਤੇ ਖਿਡਾਰੀਆਂ ਦਾ ਧਿਆਨ ਭਟਕਾਉਣ ਦੇ ਇਲਜ਼ਾਮ। ਸੁਣਨ ਚ ਅਜੀਬ ਲੱਗ ਰਿਹਾ ਹੋਵੇਗਾ, ਪਰ ਇਹ ਸੱਚ ਹੈ ਕਿ ਪੈਰਿਸ ਓਲੰਪਿਕ ਚੋਂ ਇੱਕ ਮਹਿਲਾ ਸਵਿਮਰ ਨੂੰ ਇਸ ਲਈ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਹ ਹੱਦੋਂ ਵੱਧ ਖੂਬਸੂਰਤ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ। ਤਸਵੀਰਾਂ ਲੁਆਨਾ ਅਲੋਨਸੋ ਦੀਆਂ ਨੇ, ਜੋ ਕਿ ਇੱਕ ਮਹਿਲਾ ਸਵਿਮਰ ਹੈ ਜਿਸ ਨੂੰ ਓਲੰਪਿਕ ਚੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਦੇ ਆਪਣੇ ਹੀ ਸਾਥੀ ਖਿਡਾਰੀਆਂ ਨੇ ਇਲਜ਼ਾਮ ਲਗਾਏ ਨੇ ਕਿ ਲੁਆਨਾ ਦੇ ਛੋਟੇ ਤੇ ਟਾਈਟ ਕੱਪੜੇ ਪਹਿਨਣਾ ਮਾਹੌਲ ਨੂੰ ਖਰਾਬ ਕਰ ਰਿਹਾ ਹੈ ਤੇ ਨਾਲ ਹੀ ਲੁਆਨਾ ਬਾਕੀ ਖਿਡਾਰੀਆਂ ਦਾ ਧਿਆਨ ਵੀ ਭਟਕਾ ਰਹੀ ਹੈ। ਇਸੇ ਲਈ ਉਸਨੂੰ ਹੁਣ ਪੈਰਿਸ ਓਲੰਪਿਕਸ 'ਚੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਉਸਦੇ ਦੇਸ਼ ਪੈਰਾਗੁਏਨ ਵਾਪਸ ਭੇਜ ਦਿੱਤਾ ਗਿਆ ਹੈ। ਇਹ ਗੱਲ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਫੈਲ ਰਹੀ ਹੈ ਤੇ ਲੋਕ ਸੁਣ ਕੇ ਹੈਰਾਨ ਵੀ ਹੋ ਰਹੇ ਨੇ।
20 ਸਾਲਾਂ ਦੀ ਬੇਹੱਦ ਖੂਬਸੂਰਤ ਮਹਿਲਾ ਸਵਿਮਰ ਆਪਣੇ ਘਰ ਵਾਪਸ ਪਰਤ ਗਈ ਹੈ। ਲੁਆਨਾ ਲਈ ਗਏ ਫੈਸਲੇ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਚਰਚਾ ਚ ਆ ਗਈਆਂ ਨੇ। ਕਿਤੇ ਇਹ ਕਿਹਾ ਜਾ ਰਿਹਾ ਹੈ ਕਿ ਲੁਆਨਾ ਟੀਮ ਨੂੰ ਛੱਡ ਕੇ ਡਿਜ਼ਨੀਲੈਂਡ ਕੋ ਮੰਨ ਗਈ ਸੀ ਤੇ ਕਿਤੇ ਇਹ ਕਿਹਾ ਜਾ ਰਿਹਾ ਹੈ ਕਿ ਲੁਆਨਾ ਨੇ ਅਧਿਕਾਰਿਤ ਪੈਰਾਗੁਇਨ ਕਿੱਟ ਦੀ ਥਾਂ ਆਪਣੇ ਛੋਟੇ ਛੋਟੇ ਕੱਪੜੇ ਪਾਏ ਹੋਏ ਸਨ। ਜਦਕਿ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਲੁਆਨਾ ਖਿਡਾਰੀਆਂ ਨਾਲ ਬੇਬਾਕ ਹੋ ਕੇ ਖੁੱਲ ਰਹੀ ਸੀ ਤੇ ਉਹਨਾਂ ਦਾ ਧਿਆਨ ਭਟਕਾ ਰਹੀ ਸੀ। ਜਿਵੇਂ ਹੀ ਇਹਨਾਂ ਖਬਰਾਂ ਨੇ ਜ਼ੋਰ ਫੜਿਆ ਤਾਂ ਲੁਆਨਾ ਨੇ ਵੀ ਸੋਸ਼ਲ ਮੀਡੀਆ ਤੇ ਆਪਣੀ ਗੱਲ ਰੱਖੀ, ਜਿੱਥੇ ਉਸਨੇ ਸਪਸ਼ਟ ਕੀਤਾ ਹੈ ਕਿ ਉਸਨੂੰ ਬਾਹਰ ਨਹੀਂ ਕੱਢਿਆ ਗਿਆ ਬਲਕਿ ਉਸਨੇ ਖੁਦ ਸੰਨਿਆਸ ਲੈਣ ਦਾ ਐਲਾਨ ਕੀਤਾ। ਉਸਨੇ ਕਿਹਾ ਹੈ ਕਿ ਮੇਰੇ ਖਿਲਾਫ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਤੇ ਮੈਂ ਉਹਨਾਂ ਦੀ ਨਿੰਦਾ ਕਰਦੀ ਆ। ਲੁਆਨਾ 27 ਜੁਲਾਈ ਨੂੰ 100 ਮੀਟਰ ਬਟਰਫਲਾਈ ਸੈਮੀ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਸਿਰਫ 0.24 ਸੈਕਿੰਡ ਦੂਰ ਸੀ, ਜਿਸ ਲਈ ਉਹ ਸੈਮੀ ਫਾਈਨਲ ਚ ਪਿੱਛੇ ਰਹਿ ਗਈ, ਜਿਸ ਤੋਂ ਤੁਰੰਤ ਬਾਅਦ ਹੀ ਲੁਆਨਾ ਨੇ ਸੋਸ਼ਲ ਮੀਡੀਆ ਤੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਸਨੇ ਕਿਹਾ ਕਿ 18 ਸਾਲਾਂ ਤੋਂ ਸਵਿਮਿੰਗ ਕਰ ਰਹੀ ਹੈ ਤੇ ਇਸ ਦੇ ਨਾਲ ਉਸਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਪਰ ਹੁਣ ਲੁਆਨਾ ਦੀ ਪੈਰਿਸ ਓਲੰਪਿਕ ਚੋਂ ਬਾਹਰ ਹੋਣ ਦੀ ਖਬਰ ਹਰ ਥਾਂ ਤੇ ਇੰਟਰਨੈਟ ਤੇ ਅੱਗ ਦੀ ਤਰ੍ਹਾਂ ਫੈਲ ਰਹੀ ਹੈ ਤੇ ਇਸ ਮਾਮਲੇ ਨੂੰ ਬੜੇ ਹੀ ਅਜੀਬ ਤਰੀਕੇ ਨਾਲ ਲਿਆ ਜਾ ਰਿਹਾ, ਕਿਉਂਕਿ ਕਿਸੇ ਨੂੰ ਓਲੰਪਿਕਸ ਦੇ ਵਿੱਚੋਂ ਇਸ ਲਈ ਬਾਹਰ ਕੱਢ ਦੇਣਾ ਕਿ ਉਹ ਹੱਦੋਂ ਵੱਧ ਖੂਬਸੂਰਤ ਹੈ, ਇਹ ਪਹਿਲਾਂ ਕਦੀ ਵੀ ਨਹੀਂ ਹੋਇਆ। ਇੱਥੇ ਇਹ ਵੀ ਦੱਸ ਦਈਏ ਕਿ ਲੁਆਨਾ ਨੇ ਇਸ ਤੋਂ ਪਹਿਲਾਂ 17 ਸਾਲ ਦੀ ਉਮਰ ਚ ਟੋਕੀਓ ਓਲੰਪਿਕ ਵਿੱਚ ਵੀ ਹਿੱਸਾ ਲਿਆ ਸੀ ਅਤੇ ਹੁਣ ਉਹ ਪੈਰਿਸ ਓਲੰਪਿਕਸ ਦੇ ਵਿੱਚ ਵੀ ਸਵਿਮਿੰਗ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਰਹੀ ਸੀ। ਸੈਮੀ ਫਾਈਨਲ ਦੇ ਵਿੱਚ ਕੁਆਲੀਫਾਈ ਨਾ ਕਰਨ ਤੋਂ ਬਾਅਦ ਉਸਨੇ ਤੁਰੰਤ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਪਰ ਹੁਣ ਨੈੱਟ ਤੇ ਸੋਸ਼ਲ ਮੀਡੀਆ ਤੇ ਇਹ ਖਬਰਾਂ ਤੂਲ ਫੜ ਰਹੀਆਂ ਨੇ ਕਿ ਪੈਰਿਸ ਓਲੰਪਿਕਸ ਦੇ ਵਿੱਚੋਂ ਲੁਆਨਾ ਨੂੰ ਇਸ ਲਈ ਬਾਹਰ ਕਰ ਦਿੱਤਾ ਗਿਆ ਕਿਉਂਕਿ ਉਸਦੀ ਖੂਬਸੂਰਤੀ ਬਾਕੀ ਖਿਡਾਰੀਆਂ ਲਈ ਧਿਆਨ ਭਟਕਾ ਰਹੀ ਸੀ।